ਹਾਂਜੀ ਭਾਜੀ ਤੁਹਾਡਾ ਨਾਮ ਜੀ ਮੇਰਾ ਨਾਮ ਬਿਕਰਮਦੀਪ ਸਿੰਘ ਆ ਮੇਰਾ ਬਰਦਰ ਜੋ ਦबई ਵਿੱਚ ਜਿਨਾਂ ਦੀ ਡੈਥ ਹੋ ਗਈ ਆ ਤੇ ਉਹਨਾਂ ਦੀ ਲਾਸ ਆਪਾਂ ਮੰਗਾਉਣੀ ਸੀ ਇੱਥੇ ਇੰਡੀਆ ਕੇ ਜੋ ਕਿ ਡਾਕਟਰ ਬਰੋਏ ਨੂੰ ਆਪਾਂ ਕਿਹਾ ਸਾਡਾ ਕੋਈ ਸਹਾਰਾ ਨਹੀਂ ਬਣਿਆ ਤੇ ਅੱਜ ਉਹਨਾਂ ਦੀ ਬਦੌਲਤ ਹੀ ਸਾਡੀ ਮਤਲਬ ਕਿ ਇੱਥੇ ਲਾਸ ਆ ਗਈ ਆ ਜਿਹੜੇ ਕਿ 9 ਤਰੀਕ ਨੂੰ ਗਏ ਸੀ ਤੇ 14 ਤਰੀਕ ਨੂੰ ਇਦਾਂ ਪੂਰੇ ਹੋ ਗਏ ਆ ਤੇ ਉਹਨਾਂ ਦੀ ਬਦੌਲਤ ਹੀ ਅੱਜ ਸਾਡੀ ਲਾਸ ਜੋ ਕਿ ਅਮਰਸਰ 에어ਪੋਰਟ ਆ ਗਈ ਆ ਤੇ ਅਸੀਂ ਬਹੁਤ ਉਹਨਾਂ ਦਾ ਥੈਂਕ ਯੂ ਕਰਦੇ ਆਂ ਬੜੀ ਮਿਹਰਬਾਨੀ ਕਿ ਜਿਨ੍ਹਾਂ ਨੇ ਲਾਸੇ ਤੇ ਤੱਕ ਬਚਾਈ ਹਾਦੀ ਤੇ ਸਾਡੀ ਹੈਲਪ ਕੀਤੀ ਹੈ ਅੱਜ ਅਸੀਂ ਸਰਬੱਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਸ਼ਿਰਗੁਰ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਸਥਾਨ ਸੀ ਵਿਖੇ ਪਹੁੰਚੇ ਆਂ ਅੱਜ ਇੱਕ ਨੌਜਵਾਨ ਜਿਹੜਾ ਬਟਾਲੇ ਦਾ ਰਹਿਣ ਵਾਲਾ ਸੀ ਜਗਦੀਪ ਸਿੰਘ ਉਮਰ ਉਹਦੀ 25 ਸਾਲ ਸੀ ਉਹ ਇਸੇ ਸਾਲ ਮਾਰਚ ਦੇ 9 ਤਰੀਕ ਨੂੰ ਜਿਹੜਾ ਸੀ ਉਹ ਦੁਬਈ ਦੇ ਵਿੱਚ ਕੰਮ ਕਰਦੀ ਭਾਲ ਵਿੱਚ ਗਿਆ ਸੀ ਪਰ 14 ਤਰੀਕ ਨੂੰ ਉਸ ਲੜਕੇ ਦੀ ਜਿਹੜੀ ਸੀ ਉਹ ਉੱਥੇ ਮੌਤ ਹੋ ਗਈ ਜਦੋਂ ਉਸ ਦੇ ਪਰਿਵਾਰ ਨੂੰ ਇਸ ਚੀਜ਼ ਦਾ ਪਤਾ ਲੱਗਾ ਕਿ ਉਹਦੀ ਉੱਥੇ ਮੌਤ ਹੋ ਗਈ ਹੈ ਤੇ ਉਹਨਾਂ ਨੇ ਬੜੀ ਚਰਜੋਈ ਕੀਤੀ ਕਿ ਉਹਦੀ ਜਿਹੜੀ ਆ ਮ੍ਰਿਤਕ ਦੇਹ ਭਾਰਤ ਲਿਆ ਕੇ ਉਹਦੀਆਂ ਜਿਹੜੀਆਂ ਅੰਤਿਮ ਰਸਮਾਂ ਨਿਭਾਈਆਂ ਦੱਸ ਸਕਣ ਪਰ ਉਹ ਇਸ ਵਿੱਚ ਉਹਨਾਂ ਨੂੰ ਸਫਲਤਾ ਨਹੀਂ ਮਿਲੀ ਤੇ ਉਹਨਾਂ ਨੇ ਡਾਕਟਰ ਐਸ.ਪੀ. ਸਿੰਘ ਉਬਰਾਈ ਜੀ ਨੂੰ ਬੇਨਤੀ ਕੀਤੀ ਕਿ ਉਹਨਾਂ ਦਾ ਜਿਹੜਾ ਬੇਟੇ ਦੀ ਡੈਥ ਹੋ ਗਈ ਹੈ ਤੇ ਉਹਨੂੰ ਇੱਥੇ ਲਿਆ ਜਾਂਦਾ ਜਾਵੇ ਤੇ ਡਾਕਟਰ ਉਬਰਾਈ ਜੀ ਤੇ ਉਹਨਾਂ ਦੀ ਟੀਮ ਜਿਹੜੀ ਦੁਬਈ ਦੇ ਵਿੱਚ ਆ ਉਹਨਾਂ ਨੇ ਜਿੰਨੀ ਵੀ ਕਾਗਜ਼ੀ ਕਾਰਵਾਈ ਸੀ ਸਾਰੀ ਉੱਥੇ ਪੂਰੀ ਕੀਤੀ ਤੇ ਭਾਰਤੀ ਰਾਜਦੂਤ ਜਿਹੜੇ ਉੱਥੇ ਨੇ ਦੁਬਈ ਦੇ ਵਿੱਚ ਉਹਨਾਂ ਨੇ ਸਾਰਾ ਖਰਚਾ ਕੀਤਾ ਤੇ ਬਾਕੀ ਦੀ ਕਾਰਵਾਈ ਜਿਹੜੀ ਸੀ ਉਹ ਕਰਕੇ ਤੇ ਅੱਜ ਜਿਹੜੀ ਆ ਉਸ ਲੜਕੇ ਦੀ ਜਿਹੜੀ ਮ੍ਰਿਤਕ ਦੇ ਆ ਉਹ ਭਾਰਤ ਪਹੁੰਚ ਗਈ ਆ ਤੇ ਉਹਨਾਂ ਦੇ ਪਰਿਵਾਰ ਦੇ ਹਵਾਲੇ ਕੀਤੀ ਹੈ ਤੇ ਉਹਨਾਂ ਦੇ ਪਰਿਵਾਰ ਨੇ ਜਿਹੜਾ ਹੈ ਉਹ ਹੁਣ ਉਸ ਦੀਆਂ ਅੰਤਮ ਰਸਮਾਂ ਜਿਹੜੀਆਂ ਅਨੁਭਾਉਣੀਆਂ ਨੇ ਹੁਣ ਜ਼ਿਕਰ ਹੋ ਗਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਦਸਤੀ ਮਦਦ ਨਾਲ ਲਗਭਗ 227 ਮ੍ਰਿਤਕ ਦੇ ਆ ਜੜੀਆਂ ਨੇ ਉਹ ਭਾਰਤ ਲਿਆ ਕੇ ਉਹਨਾਂ ਦੇ ਵਾਰਸਾਂ ਦੇ ਹਵਾਲੇ ਜੜੀਆਂ ਕੀਤੀਆਂ ਗਈਆਂ ਤੇ ਉਹਨਾਂ ਦੇ ਜਿਹੜੀਆਂ ਅੰਤਮ ਸਮਾ ਉਹਨਾਂ ਦੇ ਪਰਿਵਾਰ ਜਿਹੜੀ ਉਹਨਵਾ ਸਕੀ ਨੇ Subscribe to our YouTube channel NewsDNN by clicking the bell icon. Don't forget to like, comment, and share.